ਮੈਂ ਅੱਜ ਸ਼੍ਰੋਮਣੀ ਅਕਾਲੀ ਦਲ ਫਤਿਹ ਅਤੇ ਸਮੁੱਚੀ ਜਥੇਬੰਦੀ ਵੱਲੋਂ ਪੂਰੀ ਸਿੱਖ ਕੌਮ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਸਿੱਖ ਕੌਮ ਨਾਲ ਪਿਆਰ ਕਰਨ ਵਾਲੇ ਪੰਥ ਅਤੇ ਪੰਜਾਬ ਨਾਲ ਪਿਆਰ ਕਰਨ ਵਾਲੇ ਵੀਰੋ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ, 19 ਅਗਸਤ 2024 ਨੂੰ ਸਵੇਰੇ 11 ਵਜੇ ਬਾਬਾ ਬਕਾਲਾ ਸਾਹਿਬ ਦੀ ਇਤਿਹਾਸਕ ਅਤੇ ਪਵਿੱਤਰ ਧਰਤੀ 'ਤੇ ਜਿੱਥੇ 22 ਮੰਜੀਆਂ ਡਹਿ ਗਈਆਂ ਸੀਗੀਆਂ ਅਤੇ ਗੁਰੂ ਲਾਧੋਰੇ ਦੇ ਸਿਧਾਂਤ ਦੇ ਮੁਤਾਬਕ ਪਰਖ ਹੋਈ ਸੀ ਖਰੇ ਖੋਟੇ ਦੀ, ਸੱਚ ਅਤੇ ਝੂਠ ਦੀ। 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਉੱਥੇ ਸਿੱਖ ਕੌਮ ਨੂੰ 9ਵੇਂ ਗੁਰੂ ਵਜੋਂ ਪ੍ਰਗਟ ਹੋਏ ਨੇ। ਉਸ ਧਰਤੀ 'ਤੇ ਪੰਜਾਬ ਦੇ ਮੌਜੂਦਾ ਹਾਲਾਤ ਨੂੰ ਮੁੱਖ ਰੱਖਦਿਆਂ, ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਹੈ, 25-25 ਤੋਂ 30-30 ਸਾਲ 'ਤੇ ਜੇਲ੍ਹਾਂ ਦੇ ਵਿੱਚ ਬੰਦ ਨੇ ਅਤੇ ਆਪਣਾ ਹੱਕ ਮੰਗਦੇ ਅਤੇ ਕੋਈ ਭੀਖ ਨਹੀਂ ਮੰਗਦੇ, ਉਹਨਾਂ ਦਾ ਰਾਈਟ ਹੈ ਡੈਮੋਕਰੇਟਿਕ। ਅਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ, ਜਿਹੜੇ ਸਿੱਖ ਕੌਮ ਨੇ ਪੰਜਾਬ ਦੇ ਸਮੁੱਚੇ ਪੰਜਾਬੀਆਂ ਨੇ, ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੇ, ਗੁਰੂ ਨਾਨਕ ਇਨਕਲਾਬ ਲੇਵਾ ਸੰਗਤਾਂ ਨੇ, ਪੰਜਾਬ ਦੇ ਹਿੰਦੂਆਂ ਨੇ, ਮੁਸਲਮਾਨਾਂ ਨੇ, ਈਸਾਈਆਂ ਨੇ, ਢਾਡੀਆਂ, ਰਾਗੀਆਂ, ਨਿੰਗ ਸਿੰਘ ਜਥੇਬੰਦੀਆਂ, ਸਮੁੱਚੀਆਂ ਪੰਥ ਦਾ ਦਰਦ ਰੱਖਣ ਵਾਲੀਆਂ ਜਥੇਬੰਦੀਆਂ ਨੇ, ਉਹਨਾਂ ਨੂੰ ਜਿਤਾ ਕੇ ਪਾਰਲੀਮੈਂਟ ਵਿੱਚ ਭੇਜਿਆ ਸੀ। ਪਾਰਲੀਮੈਂਟ ਦੀ ਉਹ ਸਹੁੰ ਵੀ ਚੱਕ ਗਏ ਆ ਅਤੇ ਖਡੂਰ ਸਾਹਿਬ ਤੋਂ ਜਿੱਤ ਵੀ ਗਏ ਨੇ ਅਤੇ ਇੰਡੀਅਨ ਸਟੇਟ ਕਾਨੂੰਨ ਦੀਆਂ ਧੱਜੀਆਂ ਉਡਾ ਕੇ, ਸੰਵਿਧਾਨ ਦੀ ਧਾਰਾ 14-19 ਦੀ ਉਲੰਘਣਾ ਕਰਕੇ ਅਤੇ ਕਾਨੂੰਨ ਨੂੰ ਛਿੱਕੇ 'ਤੇ ਟੰਗ ਕੇ ਉਹਨੂੰ ਜੇਲ੍ਹ ਦੇ ਵਿੱਚ ਡੱਕ ਕੇ ਰੱਖਿਆ ਹੋਇਆ ਹੈ ਅਤੇ ਉਹਨਾਂ ਦੇ ਸਾਥੀਆਂ ਨੂੰ ਵੀ ਜੇਲ੍ਹ ਦੇ ਵਿੱਚ ਡੱਕਿਆ ਹੋਇਆ ਹੈ। ਭਾਈ ਦਲਜੀਤ ਸਿੰਘ ਕਲਸੀ ਜੀ ਨੂੰ, ਭਾਈ ਪੱਪਲਪ੍ਰੀਤ ਨੂੰ, ਭਾਈ ਹਰਜੀਤ ਸਿੰਘ ਨੂੰ, ਭਾਈ ਬਸੰਤ ਸਿੰਘ ਖਾਲਸਾ ਨੂੰ, ਭਾਈ ਬੁੱਕਣਵਾਲਾ ਨੂੰ, ਭਾਈ ਰਾਓਕੇ ਨੂੰ, ਭਾਈ ਔਲਖ ਨੂੰ, ਕਹਿਣ ਤੋਂ ਭਾਵ ਸਾਰੇ ਦਸਾਂ ਸਿੰਘਾਂ ਨੂੰ ਗੈਰ ਕਾਨੂੰਨੀ ਡੱਕਿਆ ਹੋਇਆ ਹੈ। ਉਹਨਾਂ ਦੀ ਰਿਹਾਈ ਲਈ ਇੱਕ ਪੰਥਕ ਇਕੱਠ, ਪੰਥ ਦੇ ਦਰਦ ਨੂੰ ਲੈ ਕੇ, ਪੰਜਾਬ ਦੇ ਦਰਦ ਨੂੰ ਲੈ ਕੇ, ਪੰਜਾਬ ਦੇ ਬੱਚੇ ਬੱਚੇ ਦੇ ਦਰਦ ਨੂੰ ਲੈ ਕੇ ਬਾਬੇ ਬਕਾਲੇ ਦੀ ਧਰਤੀ 'ਤੇ ਰੱਖਿਆ ਹੋਇਆ ਹੈ। ਭਾਈ ਸਰਬਜੀਤ ਸਿੰਘ, ਭਾਈ ਅੰਮ੍ਰਿਤਪਾਲ ਸਿੰਘ ਜਿਹੜੇ MP ਅਤੇ ਭਾਈ ਸਰਬਜੀਤ ਸਿੰਘ ਜੀ ਖਡੂਰ ਸਾਹਿਬ ਆਪਣੇ ਫਰੀਦਕੋਟ ਤੋਂ MP ਬਣੇ ਨੇ, ਭਾਈ ਉਹ ਪੰਥ ਨੇ ਜਿਤਾ ਕੇ ਪਾਰਲੀਮੈਂਟ ਵਿੱਚ ਭੇਜੇ ਨੇ।
ਤੁਸੀਂ ਸਾਰਿਆਂ ਨੂੰ, ਮੈਂ ਢਾਡੀਆਂ ਨੂੰ, ਮੈਂ ਰਾਗੀਆਂ ਨੂੰ, ਮੈਂ ਨਿੰਗ ਸਿੰਘ ਜਥੇਬੰਦੀਆਂ ਨੂੰ, ਮੈਂ ਗੁਰੂ ਨਾਨਕ ਦੇਵ ਸੰਗਤਾਂ ਨੂੰ, ਹਿਊਮਨ ਰਾਈਟਸ ਜਥੇਬੰਦੀਆਂ ਨੂੰ, ਕਹਿਣ ਤੋਂ ਕਿਸਾਨ ਜਥੇਬੰਦੀਆਂ ਨੂੰ, ਟਕਸਾਲਾਂ ਨੂੰ, ਸਮੁੱਚੀਆਂ ਜਿਹੜੀਆਂ ਜਥੇਬੰਦੀਆਂ ਉਹ ਕੌਮ ਦੀ ਤਰਜਮਾਨੀ ਕਰਦੀਆਂ, ਪੰਥ ਦੀ ਤਰਜਮਾਨੀ ਕਰਦੀਆਂ, ਪੰਜਾਬ ਦੇ ਨੌਜਵਾਨਾਂ ਨੂੰ, ਸਾਰਿਆਂ ਨੂੰ, ਬੱਚੇ ਬੱਚੇ ਨੂੰ ਅਪੀਲ ਕਰਦਾ ਕਿ ਭਾਈ ਵਹੀਰਾਂ ਘੱਤ ਕੇ ਆਪੋ ਆਪਣੇ ਜਗ੍ਹਾ 'ਤੇ ਪਹੁੰਚੋ। ਮੈਂ ਅਕਾਲੀ ਦਲ ਫਤਿਹ ਦੇ ਸਾਰੇ ਵੀਰਾਂ ਨੂੰ ਆ ਕਿ ਭਾਈ ਕਿਸੇ ਨੂੰ ਉਡੀਕਿਆ ਜੇ ਨਾ ਉਹ ਸਿੱਧੇ, ਜੇ ਤੁਸੀਂ ਉਡੀਕਣ ਲੱਗ ਪਏ ਅਤੇ ਇਕੱਠ ਕਰਨ ਲੱਗ ਪਏ ਜਾਮ ਹੋ ਜਾਣੇ ਆ, ਤੁਹਾਡੇ ਤੋਂ ਪਹੁੰਚਿਆ ਨਹੀਂ ਜਾਣਾ। ਇਹ ਇਕੱਠ ਇਤਿਹਾਸਕ ਅਤੇ ਲਾਮਿਸਾਲ ਹੋਊਗਾ ਅਤੇ ਨਵਾਂ ਇਤਿਹਾਸ ਸਿਰਜੂਗਾ ਅਤੇ ਤੁਸੀਂ ਫਟਾਫਟ ਪਹੁੰਚ ਜਾਓ। ਅਤੇ ਭਾਈ ਜਿਹੜੇ ਭਾਈ ਟਰਾਲੀਆਂ 'ਤੇ ਆ ਸਕੇ ਟਰਾਲੀਆਂ 'ਤੇ ਆਉਣ, ਜਿਹੜੇ ਭਾਈ ਬੱਸਾਂ 'ਤੇ ਆ ਸਕਦੇ ਬੱਸਾਂ 'ਤੇ ਆਉਣ, ਜਿਹੜੇ ਭਾਈ ਰੇਲ ਗੱਡੀਆਂ 'ਤੇ ਆਉਣੀਆਂ ਰੇਲ ਗੱਡੀਆਂ 'ਤੇ ਆਉਣ, ਉੱਥੇ ਭਾਈ ਪਹੁੰਚ ਜਾ ਜੇ। ਰਾਤ ਰਾਤ ਨੂੰ ਭਾਈ ਸਾਰਾ ਪੰਡਾਲ ਭਰ ਜਾਣਾ, ਬੈਠਣ ਨੂੰ ਜਗ੍ਹਾ ਨਹੀਂ ਮਿਲਣੀ। ਮੈਂ ਤੁਹਾਨੂੰ ਦੱਸਦਾ ਇਹ ਇਕੱਠ ਬੜਾ ਇਤਿਹਾਸਕ ਹੋਵੇਗਾ ਅਤੇ ਸਾਰਿਆਂ ਨੂੰ ਬੇਨਤੀ ਹੈ ਕਿ ਭਾਈ ਉੱਥੇ ਡਿਊਟੀਆਂ ਵੀ ਆਪੋ ਆਪਣੀ ਨਿਭੇੜਿਆ ਜੇ, ਸਾਰਿਆਂ ਦਾ ਸਤਿਕਾਰ ਕਰੇ। ਜਿਹੜੀਆਂ ਸੰਗਤਾਂ ਆਉਣਗੀਆਂ ਬੜੀ ਇੱਜ਼ਤ ਨਾਲ, ਅਮਾਨ ਦੇ ਨਾਲ ਉਹਨਾਂ ਨੂੰ ਸਟੇਜ 'ਤੇ ਵੀ ਜਿਹੜੇ ਲਿਜਾਣ ਵਾਲੇ ਸਿੰਘ ਹੋਣਗੇ, ਜਿੱਥੇ ਜਿੱਥੇ ਬੈਠ ਜਾਣਗੇ ਉੱਥੇ ਬੈਠ ਕੇ ਆਪਣੀ ਕੌਮ ਦੀ ਚੜ੍ਹਦੀ ਕਲਾ ਲਈ ਵੀ ਇਸ ਇਕੱਠ 'ਚ ਰਿਹਾ ਜੇ। ਉੱਥੇ ਕੌਮ ਦੀਆਂ ਪੰਥ ਦੀਆਂ ਵਿਚਾਰਾਂ ਹੋਣਗੀਆਂ, ਸਾਰੀ ਕੌਮ ਦੇ ਨਾਲ ਰਹਿ ਕਰਕੇ ਉੱਥੇ ਬੰਦੀ ਸਿੰਘਾਂ ਦੀ ਰਿਹਾਈ ਲਈ ਜੋ ਵੀ ਆਗੂ ਸਾਹਿਬਾਨ ਸਾਡੇ ਯੋਧੇ ਦੇ ਜਰਨੈਲ ਪ੍ਰੋਗਰਾਮ ਦੇਣਗੇ, ਉਸ ਪ੍ਰੋਗਰਾਮ ਨੂੰ ਭਾਈ ਸਾਰੇ ਜਾਣੇ ਸਵੀਕਾਰ ਕਰਿਆ ਜੇ, ਚੜ੍ਹਦੀ ਕਲਾ ਹੋਣਗੇ। ਇਸ ਕਰਕੇ ਮੈਂ ਦੁਬਾਰਾ ਫਿਰ ਕਹਿਣਾ, ਬਾਬੇ ਬਕਾਲੇ ਦੀ ਪਵਿੱਤਰ ਅਤੇ ਇਤਿਹਾਸਕ ਧਰਤੀ 'ਤੇ 19 ਅਗਸਤ ਨੂੰ 2024 ਨੂੰ 11 ਵਜੇ ਪੰਥ ਇਕੱਠ ਵਿੱਚ ਵਹੀਰਾਂ ਕੱਤ ਕੇ ਪੁੱਜੋ ਅਤੇ ਸਾਰੇ ਵੀਰਾਂ ਨੂੰ ਮੈਂ ਬੇਨਤੀ ਹੈ ਕਿ ਤੁਸੀਂ ਸਾਰੇ ਜਾਣੇ ਬੋਲ ਬੋਲ ਕੇ ਸੋਸ਼ਲ ਮੀਡੀਆ 'ਤੇ ਪਾ ਕੇ, ਇਸ ਲਹਿਰ ਤਾਂ ਪਹਿਲਾਂ ਹੀ ਪ੍ਰਚੰਡ ਹੈ ਅਤੇ ਸਾਰਿਆਂ ਨੇ, ਕਿਸੇ ਨੇ ਗੱਡੀਆਂ ਕਰ ਲਈਆਂ, ਕਿਸੇ ਨੇ ਮੋਟਰਸਾਈਕਲ ਬਣਾ ਲਿਆ, ਕਿਸੇ ਨੇ ਝੰਡੀਆਂ ਲਾ ਲਈਆਂ, ਕਿਸੇ ਨੇ ਲੰਗਰ ਬਣਾ ਲਿਆ, ਕਿਸੇ ਨੇ ਜੋੜਿਆਂ ਦੀ ਸੇਵਾ ਲੈ ਲਈ ਹੈ। ਸਾਰੋ ਆਪੋ ਆਪਣਾ ਫਰਜ਼ ਸਮਝ ਕੇ ਇਹ ਡਿਊਟੀਆਂ ਨਿਭਾ ਰਹੇ ਨੇ ਅਤੇ ਸਾਰੇ ਪੰਜਾਬ ਦੇ ਵਿੱਚ ਸਾਰਿਆਂ ਨੂੰ ਕਿਹਾ ਵੀ ਗਿਆ ਹੈ। ਕਈ ਵਾਰੀ ਕਿਸੇ ਨੂੰ ਨਹੀਂ ਵੀ ਕਿਹਾ ਜਾਂਦਾ ਅਤੇ ਕਹਿਣ ਤੋਂ ਭਾਵੇ ਕਾਰਜ ਪੰਥ ਅਤੇ ਕੌਮ ਦਾ ਹੈ। ਇਸ ਕਰਕੇ ਆਪਾਂ ਉੱਥੇ ਇਕੱਠ ਦੇ ਵਿੱਚ ਪਹੁੰਚ ਸਕੀਏ ਤਾਂ ਜੋ ਪੰਥ ਨੂੰ, ਪੰਜਾਬ ਨੂੰ, ਪਾਣੀ ਨੂੰ, ਪੜ੍ਹਾਈ ਨੂੰ, ਪੰਜਾਬੀ ਨੂੰ, ਪੁੱਤ ਨੂੰ, ਪਤ ਨੂੰ, ਆਤਾ ਜਿਹੜਾ ਸਾਡਾ ਪਹਿਰਾਵਾ ਉਹਨੂੰ ਬਚਾ ਕੇ ਆਪਾਂ ਮੀਰੀ ਪੀਰੀ ਦੇ ਸਿਧਾਂਤ ਦੇ ਮੁਤਾਬਕ ਅਗਲੀ ਮੰਜ਼ਿਲ ਵੱਲ ਪਹੁੰਚ ਕੇ ਇੰਡੀਅਨ ਸਟੇਟ ਦੀ ਜਿਹੜੀ ਗੁਲਾਮੀ ਹੈ ਉਹਦਾ ਅਸੀਂ ਟਾਕਰਾ ਵੀ ਕਰ ਸਕੀਏ ਜਮਹੂਰੀ ਢੰਗ ਦੇ ਨਾਲ ਅਤੇ ਗੁਲਾਮੀ 'ਚੋਂ ਨਿਕਲ ਵੀ ਸਕੀਏ। ਭਾਈ ਸਾਰਿਆਂ ਗੁਰੂ ਨਾਨਕ ਨਾਮ ਲੇਵਾਂ ਨੂੰ ਪਹੁੰਚੋ ਤਾਂ ਜੋ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਸੋਚ ਆ ਜਿਹੜੀ ਉਸ ਨੂੰ ਹੋਰ ਪ੍ਰਚੰਡ ਕਰ ਸਕੀਏ। ਬੰਦੀ ਸਿੰਘਾਂ ਨੇ ਜਿਨ੍ਹਾਂ ਨੇ ਜੇਲ੍ਹਾਂ ਕੱਟੀਆਂ, ਜੇਲ੍ਹਾਂ ਦੇ ਵਿੱਚ ਬੈਠੇ ਆ ਧਰਮੀ ਫੌਜੀ ਆ, ਉਹਨਾਂ ਦੀ ਜਿਹੜੀ ਸੇਵਾ ਨੂੰ ਅਸੀਂ ਹੋਰ ਅੱਗੇ ਲਿਜਾ ਸਕੀਏ ਅਤੇ ਜਿਹੜੇ ਬੰਦੇ ਸਾਡੀ ਕੌਮ ਦੇ ਲਈ ਸ਼ਹੀਦ ਹੋ ਗਏ ਨੇ, ਭਾਈ ਜਸਵੰਤ ਸਿੰਘ ਜੀ ਖਾਲੜਾ ਭਾਈ ਸ਼ਹੀਦ ਹੋ ਗਏ ਨੇ, ਬਾਬਾ ਕਾਰ ਸੇਵਾ ਵਾਲੇ ਜਿਹੜੇ ਸਾਡੇ ਮਹਾਂਪੁਰਸ਼ ਹੈ ਬਾਬਾ ਚਰਨ ਸਿੰਘ ਜੀ ਉਹ ਵੀ ਕੌਮ ਦੇ ਲਈ ਸ਼ਹੀਦ ਹੋ ਗਏ ਨੇ, ਸਾਡੀ ਕੌਮ ਦੇ ਲਈ ਕੌਮ ਦਾ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਉਹ ਸ਼ਹੀਦ ਹੋ ਗਿਆ ਜਿਹਦੇ ਸਾਹਮਣੇ
ਮੈਨੂੰ ਵੀ ਚੱਕ ਦੇਣਾ ਸੀਗਾ। ਇਹ ਸਾਰੇ ਉਹਨਾਂ ਦੀ ਜਿਹੜੀ ਆਤਮਾ ਨੂੰ ਆਪਾਂ ਨਾਲੇ ਸਕੂਨ ਮਿਲੇ, ਨਾਲੇ ਉਹਨਾਂ ਨੂੰ ਯਾਦ ਸਕੀਏ, ਨਾਲੇ ਆਪਾਂ ਆਪਣੀ ਕੌਮ ਦੇ ਮੌਜੂਦਾ ਹਾਲਾਤਾਂ 'ਤੇ ਚਾਨਣਾ ਪਾ ਕੇ ਆਪਾਂ ਕੌਮ ਨੂੰ ਅਗਲੀ ਮੰਜ਼ਿਲ ਲਈ ਸ਼ਾਂਤਮਈ ਢੰਗ ਦੇ ਨਾਲ ਸਾਰੇ ਹਿੰਦੂਆਂ ਮੁਸਲਮਾਨਾਂ ਇਸਾਈਆਂ ਨੂੰ ਲਾਣ ਲੈ ਕੇ ਚੱਲ ਸਕੀਏ। ਅਤੇ ਮੇਰੀ ਦੁਬਾਰਾ ਫਿਰ ਬੇਨਤੀ ਆ ਕਿ ਹੋਰ ਸਾਰਾ ਤੁਸੀਂ ਭੁੱਲ ਜਾਓ, ਇੱਕ ਦਿਨ ਲਈ, ਇੱਕ ਦਿਨ ਲਈ ਪੰਥ ਲਈ ਕੱਢ ਦਿਓ ਅਤੇ 19 ਤਰੀਕ ਨੂੰ ਪੰਥ ਕੱਟ ਵਿੱਚ ਬਾਬੇ ਬਕਾਲੇ ਦੀ ਧਰਤੀ 'ਤੇ ਵਹੀਰਾਂ ਕੱਤ ਕੇ ਪੁੱਜੋ 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 ਪੁੱਜੋ।